ਸਾਰੇ ਸਰੋਤਿਆਂ ਦਾ ਬਹੁਤ ਬਹੁਤ ਕਰਦੇ ਹਾਂ ਸਵਾਗਤ ਡੀਐਮਸੀ ਲੁਧਿਆਣਾ ਤੋਂ ਇੱਕ ਬੜੇ ਹੀ ਮੰਨੇ ਪਰਮੰਨੇ ਡਾਕਟਰ ਅਸ਼ਵਨੀ ਚੌਧਰੀ ਹੋਰਾਂ ਦੇ ਨਾਲ ਔਰ ਇਹ ਹੈੱਡ ਆਫ ਦੀ ਡਿਪਾਰਟਮੈਂਟ ਨੇ ਨੀਰੋ ਸਰਜਰੀ ਦੇ ਪ੍ਰੋਫੈਸਰ ਐਂਡ ਹੈੱਡ ਆਫ ਦੀ ਡਿਪਾਰਟਮੈਂਟ ਔਰ ਅੱਜ ਨੀਰੋ ਸਰਜਰੀ ਦੇ ਹੈੱਡ ਡਾਕਟਰ ਅਸ਼ਵਨੀ ਚੌਧਰੀ ਹੋਰਾਂ ਨਾਲ ਤੁਹਾਡੀ ਗੱਲਬਾਤ ਅਸੀਂ ਕਰਵਾਉਣ ਜਾ ਰਹੇ ਹਾਂ ਡਾਕਟਰ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ ਸਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਕਾਰ ਜੀ बहुत अच्छा लग रहा है गलबात करद्या होया तो डीएमसी दी एक लड़ीवार सीरीज चल रही है असि वक वक हैड ऑफ द डिपार्टमेंट्स नाल गलबात शुरू की हुई है अज थोड़ा जिहा तुहाडे तो शुरुआत करदे आ दिओ प्लीज सानू नीरो सर्जरी का की इंतजाम है पहले तो थोड़ा यह दसो इस हॉस्पिटल दे विच सर एज यू नो कि साडा जिहड़ा डीएमसी है इट इज 1700 बेडेड हॉस्पिटल है और नीरो सर्जरी डिपार्टमेंट जिहड़ा हैगा इस दे विच कोई 30 साल तो पुराना चलता आ रहा है जी और इस टाइम असी इतने 5 सीनियर न्यूरोसर्जन कंसल्टेंट और असी न्यूरोसर्जरी ट्रेनिंग का भी प्रोग्राम एज पर गवर्नमेंट ऑफ इंडिया रन कर रहे हैं 2 स्टूडेंट पर ईयर जी और साडे कोल वी गॉट गुड न्यूरोसाइंसिस सेंटर जी इस दे विच न्यूरोसर्जरी एंड न्यूरोलॉजी दे साडे कोल पेशेंट हुंदे ने और न्यूरोसर्जरी साड़ी काफी हैवी चलती है ठीक है एट एनी गिवन टाइम साडे कोल कोई अप्रोक्सीमेटली 100 पेशेंट एडमिटेड न्यूरोसर्जरी दे हुंदे ने अच्छा जी जिस दे विच हेड इंजरी स्पाइनल इंजरी ब्रेन ट्यूमर स्पाइनल ट्यूमर ब्रेन हैमरेज लंबर डिस्क जिहड़ी आपां कमर दी डिस्क दी गल कह रहे हैं हां जी और असी ब्रेन हैमरेज और एपीलेप्सी सर्जरी भी असी कर रहे हैं ठीक है और डेडिकेटेड साडे ऑपरेशन थिएटर है जी और डेडिकेटेड साडे आईसीयू है जिन्ने 21 बेड साडे कोल न्यूरोसर्जरी आईसीयू है 3 डेडिकेटेड ऑपरेशन थिएटर है जिस दे विच टोटल स्टेट ऑफ द आर्ट लाइट टेबल्स एंड ऑपरेटिंग माइक्रोस्कोप है इस तो इलावा सर साडे कोल जो कि इक न्यूरोसर्जरी वास्ते बहुत ज्यादा इंपोर्टेंट हुंदा है साडे कोल स्टेट ऑफ द आर्ट सीटी स्कैन 258 स्लाइस फिर 3 टेस्ला एमआरआई मशीन और जिस तरह ब्रेन हैमरेज भी एक प्रॉब्लम होंगी और उसकी एंडोजम या एबीएम कहनी है वो भी कॉइलिंग करने वास्ते स्टेंटिंग करने वास्ते साडे कोल मोनोप्लेन लैब है जी तो इस तरह मतलब कि न्यूरोसर्जरी के विच ऑलमोस्ट सारी फैसिलिटीज जिहड़ियां हैगियां जो कि किसी भी एक अच्छे सेंटर च ऑल ओवर वर्ल्ड होंदियां ਉਹ ਸਰ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ ਠੀਕ ਹੈ ਡਾਕਟਰ ਸਾਹਿਬ ਇਲਾਜ ਤੇ ਬਹੁਤ ਸਾਰੀ ਬਿਮਾਰੀਆਂ ਦੇ ਹੁੰਦੇ ਆ ਪਰ ਜਿਹੜਾ ਤੁਹਾਡਾ ਇਹ ਫੀਲਡ ਹੈ ਨਿਊਰੋ ਸਰਜਰੀ ਦਾ ਇਹ ਬੜਾ ਬਰੀਕ ਬੜਾ ਮਹੀਨ ਜਿਹੜਾ ਬੜਾ ਸੈਂਸਿਟਿਵ ਹੈ ਇਹ ਮੈਟਰ ਛੋਟੀ ਜੀ ਕੋਈ ਗਲਤੀ ਬਹੁਤ ਸੀਰੀਅਸ ਹੋ ਸਕਦੀ ਹੈ ਔਰ ਇਹਨੂੰ ਆਪਰੇਸ਼ਨ ਮੈਨੂੰ ਪਤਾ ਹੈ ਜਿੰਨਾ ਕਿ ਸਾਡੀ ਜਾਣਕਾਰੀ ਹੈ ਕਿ ਬੜਾ ਹੀ ਟਾਈਮ ਟੇਕਿੰਗ ਇਹ ਪ੍ਰੋਸੈਸ ਹੈ ਔਰ ਬਹੁਤ ਜ਼ਿਆਦਾ ਇਹਦੇ ਤੇ ਸੈਂਸਿਟਿਵ ਹੋਣ ਕਰਕੇ ਬੜੇ ਧਿਆਨ ਨਾਲ ਹਰ ਚੀਜ਼ ਕਰਨੀ ਪੈਂਦੀ ਹੈ ਤੋ ਮੇਰੇ ਖਿਆਲ ਦੇ ਵਿੱਚ ਇਹ ਵੀ ਆਪਣੇ ਆਪ 'ਚ ਜਿਉਂ ਜਿਉਂ ਫਿਰ ਤਜਰਬਾ ਆਉਂਦਾ ਹੈ ਉਹ ਤਜਰਬਾ ਬਹੁਤ ਮੈਟਰ ਕਰਦਾ ਹੈਗਾ ਇਸ ਫੀਲਡ 'ਚ ਸਰ ਦੇਖੋ ਐਕਸਪੀਰੀਅੰਸ ਤੋਂ ਮੈਟਰ ਕਰਦਾ ਹੈ ਉਸ ਦੇ ਨਾਲ ਅੱਜ ਕੱਲ੍ਹ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਰੋਲ ਆ ਗਿਆ ਠੀਕ ਹੈ ਕਿ ਤੁਸੀਂ ਸੀਟੀ ਸਕੈਨ ਐਮਆਰਆਈ ਐਮਆਰ ਸਪੈਕਟ੍ਰੋਸਕੋਪੀ ਐਂਜੀਓਗ੍ਰਾਫੀ ਕਰਨ ਦੇ ਨਾਲ 3 ਡਾਈਮੈਂਸ਼ਨਲ ਪਿਕਚਰਸ ਬਣ ਜਾਂਦੀਆਂ ਔਰ ਫਿਰ ਆਪਰੇਸ਼ਨ ਦੇ ਵੇਲੇ ਨਿਊਰੋ ਨੈਵੀਗੇਸ਼ਨ ਹੋ ਗਈ ਮਾਈਕਰੋਸਕੋਪ ਹੋ ਗਿਆ ਜਿਸ ਦੇ ਨਾਲ ਕਿ ਤੁਸੀਂ ਇਹ ਦੇਖੋ ਇੱਕ ਬਾਲ ਵੀ ਜਿਹੜਾ ਇੱਕ ਮੋਟੀ ਰੱਸੀ ਦੇ ਸਮਾਨ ਨਜ਼ਰ ਆਉਂਦਾ ਹੈਗਾ ਜੀ ਤੋਂ ਉਸ ਦੇ ਨਾਲ ਐਨਸਥੀਸੀਆ ਟੈਕਨੀਕਸ ਵੱਧ ਗਈ ਹੈਗੀਆਂ ਮਾਈਕਰੋ ਇਨਸਟਰੂਮੈਂਟੇਸ਼ਨਸ ਬਹੁਤ ਜ਼ਿਆਦਾ ਆ ਗਏ ਨੇ ਉਸ ਦੇ ਨਾਲ ਜਿਹੜਾ ਗਲਤੀ ਵਾਲਾ ਜਿਹੜਾ ਕੰਮ ਹੁੰਦਾ ਉਹਦੇ ਚਾਂਸਸ ਬਹੁਤ ਜ਼ਿਆਦਾ ਘੱਟ ਗਏ ਨੇ ਹੁਣ ਮਤਲਬ ਬਿਲਕੁਲ ਠੀਕ ਹੈ ਤੁਸੀਂ ਦੱਸਿਆ ਕਿ ਜਿਉਂ ਜਿਉਂ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਟੈਕਨੋਲੋਜੀ ਦੇ ਵਿੱਚ ਉਹ ਇਹ ਤੁਹਾਡਾ ਵੀ ਥੋੜਾ ਜਿਹਾ ਕੰਮ ਵੀ ਆਸਾਨ ਹੋ ਰਿਹਾ ਹੋਏਗਾ ਡੈਫੀਨੇਟਲੀ ਔਰ ਮਰੀਜ਼ਾਂ ਲਈ ਜੀ ਮਰੀਜ਼ਾਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇੰਨੀ ਐਡਵਾਂਸ ਟੈਕਨੋਲੋਜੀ ਹੋਣ ਨਾਲ ਹੁਣ ਉਹ ਜਿਹੜੇ ਚਾਂਸਸ ਸੀ ਉਹ ਵੀ ਬਹੁਤ ਜ਼ਿਆਦਾ ਮਾਈਨਿਊਟ ਹੋ ਗਏ ਆ ਘਟ ਗਏ ਆ ਕਿਹੜੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਜ਼ਿਆਦਾ ਕਰਕੇ ਤੁਸੀਂ ਇਲਾਜ ਕਰਦੇ ਹੋ ਤੁਹਾਡੇ ਕੋਲ ਪੇਸ਼ੈਂਟ ਜ਼ਿਆਦਾ ਆਉਂਦੇ ਆ ਜੀ ਸਰ ਇੱਕ ਤੋਂ ਦੇਖੋ ਕਿਸੇ ਵੀ ਜਗ੍ਹਾ ਦੇ ਉੱਤੇ ਸਾਡੇ ਸੈਂਟਰ 'ਚ ਵੀ ਜਿਹੜੀ ਹੈੱਡ ਇੰਜਰੀ ਹੈਗੀ ਹੈ ਇਹ ਬਹੁਤ ਜ਼ਿਆਦਾ ਕਾਮਨ ਹੈ ਠੀਕ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿੰਨੇ ਵੀ ਬਿਲਕੁਲ ਯੰਗ ਏਜ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ 18 ਸਾਲ ਤੋਂ ਲੈ ਕੇ 50 ਸਾਲ ਦੇ ਬੰਦੇ ਜਿੰਨੇ ਕੰਮ ਕਰਨ ਵਾਸਤੇ ਬਾਹਰ ਜਾਂਦੇ ਨੇ ਜੀ ਟਰੈਵਲ ਕਰਦੇ ਨੇ ਸਕੂਟਰ ਹੈ ਮੋਟਰਸਾਈਕਲ ਹੈ ਯੂ نو ਬੱਸ ਹੈ ਜਾਂ ਕਾਰ ਹੈ ਇਹਨਾਂ ਦੇ ਐਕਸੀਡੈਂਟ ਬਹੁਤ ਹੁੰਦੇ ਨੇ ਤੋਂ ਅਸੀਂ ਇੱਕ ਸਪੈਸ਼ਲ ਟਰਾਮਾ ਸੈਂਟਰ ਐਮਰਜੈਂਸੀ ਵਿੱਚ ਹੀ
हेड इंजरी दे जिहड़ा गोल्डन आवर हुंदा, गोल्डन आवर मीनस की अगर पहले एक घंटे जे पेशेंट प्रॉपर ढंग नाल अटेंड हो जावे जी तो उसके ब्रेन का डैमेज बहुत ज्यादा घट जाता है। ठीक है, तो साढ़े बिल्कुल एमरजेंसी के बीच ही जी डीएमसी की एमरजेंसी सारा ट्रॉमा सेंटर है, मतलब कि उसके अंदर ही साढ़े सीटी स्कैन लगा हुआ जी, एक्सरे मशीन, ठीक है, सारी मतलब की इन्वेस्टिगेशन उत्थे हो जाती है और नाल ही बिल्कुल एमरजेंसी के साढ़े चार ऑपरेशन थिएटर है जी। ठीक है, कहने का मकसद यह है कि जिस पेशेंट को जो भी ट्रीटमेंट का जरूरत होता है विदाउट वेस्टिंग ईवन अ सिंगल मिनट वो उसे वक्त सर अटेंड हो जाता है। ठीक है, उस तो बाद सर मेजर काम आता जी न्यूरो सर्जरी में ब्रेन ट्यूमर्स। हाँ, ब्रेन ट्यूमर जिहड़े हैगे ने यह देखो सर एक बहुत ही ज्यादा एक सीरियस प्रॉब्लम होंगी एक तरह, ये जितने भी टोटल आप कैंसर रिलेटेड गल करते हैं वो सब 2% के करीब कैंसर डेथ जी ब्रेन ट्यूमर ना होती है और बच्चों के जिन्ने कैंसर ने सर वो 20% भी जा पाएंगे। ठीक है, और अगर मैं टोटल पॉपुलेशन ऑल ओवर वर्ल्ड इंसीडेंस की गल करा तो कितना ट्यूमर होंगे सर 22 per 1 lakh, मतलब कि अगर आप 1 lakh बंदा लेने हैं वो 20 बंद ब्रेन ट्यूमर होंगे। जी 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 ये नाल ही जुड़िया फिर क्वेश्चन मैं तो भी करना चाहना कि बहुत सारे तो जो दसे है रोग जो तो न्यूरोसर्जी जुड़े हुए हैं एक बहुत अर्ली अगर डिटेक्ट हो जाए तो मेरे ख्याल उन्होंने इलाज भी संभव ज्यादा है और जिन्ना डिले करेंगे उन्ना ही नुकसान है, तो कहे कुछ सिमटम्स होन कि पता लगे आम बंद आम बंद की भाषा च गल करिए उन्होंने किन्ना केयरफुल होना चाहिए किस तरह पता लगे कि भाई असं इन सीरीयसली लीए जे कोई सिमटम्स आ रहे हैं। सर मैं थोड़े जो सवाल बहुत तुम अच्छा सवाल पूछा क्योंकि इना पब्लिक बहुत ज्यादा अवेयर होएगी जी कि जिस तरह ब्रेन ट्यूमर है। हाँ जी, या लोगों के ब्रेन हैमरेज हो जाती है जी, सब तो ज्यादा जी इंपॉर्टेंट चीज होंगी वो होंगी है मोस्ट ऑफ द टाइम हैडेक जी, असं कई बार हैडेक इग्नोर कर देने हैं जी, सानू कभी भी हैडेक इग्नोर नहीं करना चाहिए। ठीक है, ऐसी हैडेक जिहड़ी कि एकदम हुई होवे बहुत तेज हुई होवे इस तरह की हैडक तुम जिंदगी च पहला कभी एक्सपीरियंस नहीं की हो जाए हैडक होंगी होजी ना हो पे करैक्टर चेंज हो जाए जा फिर मरीज यह कहे कि मेरे सिर च इतनी ज्यादा तेज दर्द होंगी है कि मैं सवेरे नींद तो उठना पैदा जी, जा कभी भी बंदे के सिर च दर्द होंगी होन्फ्यूजन हो पे किसी अंग का कमजोरी होने लग पे या मिर्गी का दौरा पैन लग पे। ठीक है सर, यह चीजा सारिया इंडीकेट कर दी कि ये ब्रेन ट्यूमर हो सकता है, काफी चांसिस है। ठीक है, तो ऐसे केस के डॉक्टर को कंसल्ट करो और इमीडिएटली सीटी स्कैन या एमआरआई करके उन्होंने रूल आउट करके वो फर्दर ट्रीटमेंट कर लेनी चाहिए है। ठीक है, इस तरह ही फीमेल्स के एक ट्यूमर काफी कॉमन होंगे उन्होंने असं कहने पिट्यूटरी ट्यूमर। ठीक है, जिसे लेडीज यंग गर्ल्स न अगर मेंसेस टाइम सिर ना हो जा बंद हो जाए जा ग्लेक्टोरिया हो जाए उसके एक टेस्ट होंगे जिन्होंने अभी प्रोलैक्टिन कहने हैं। ठीक है, अगर वह करवाया जाए उस लग जाना पता कि अगर प्रोलैक्टिन बढ़िया है तो पिट्यूटरी ट्यूमर होने का चांस हो सकते हैं। ठीक है, और जोड़ा प्रोलैक्टिनोमा पिट्यूटरी ट्यूमर होंगे वो सर दवाई के नाल ही मैनेज हो जाता है। ठीक है, अगर उसको मेडिसिन दी जाए तो वह फिर अपनी रिप्रोडक्टिव लाइफ जी है प्रॉपर लीड करने के काबिल हो जाते हैं। तुसी कह रहे हो उस केस ऑपरेशन की लोड फिर नहीं पैंदी? हाँ जी सर, कई केसेस फिर ऑपरेशन की लोड नहीं पैंदी। ठीक है, हाँ जी सर, इस तरह ही जिसका बीपी हाई होंदा है नाल शुगर होंदी है जी, सिर दर्द होंदा है उसको कभी भी इसको इग्नोर नहीं करना चाहिए। ठीक है, क्योंकि कई बार साडे ब्रेन के पीछे एक गुब्बारे वर्गी स्ट्रक्चर होंदी है जिन्हों असी कह दें एनरिज्म। ठीक है, बैलून लाइक स्ट्रक्चर या ABM एथेरोवेनस मालफॉर्मेशन, कई बार उसके सर हल्का जहा लीकेज होंगे पेशेंट के सिर दर्द होने लग पैंदा, अगर उसको इग्नोर कर दियो अगर वो दोबारा फट जाए उसका सर एप्रोक्सीमेटली 30% डेथ रेट होंगे। सो अगर उसकी ब्रेन की एंजियोग्राफी करके असी एनरिज्म को टाइम सिर डिटेक्ट कर लीए तो अजकल तो ट्रीटमेंट बड़िया अवेलेबल है जी, ऑपरेशन कर दियो, स्टेंट पा दियो, कॉइल कर दियो, मतलब दैट कैन बी हैंडल। ठीक है, एक सर मैं टॉपिक होर जिस तरह तुम्हें पूछा है जी जी, मैं बोलना चाहूंगा जी एपिलेप्सी बारे। ठीक है, आप कहने मिर्गी के दौरे। ठीक है, एपिलेप्सी थोड़ा पता कि बड़ी कॉमन चीज है जी, डीएमसी के एपिलेप्सी सर्जरी भी कर रहे हैं सर। कुछ ऐसे पेशेंट जिन्हों 2 या 3 दवाइया चल दी
ਮਿਰਗੀ ਦੀਆਂ ਐਪੀਲੈਪਸੀ ਦੀਆਂ ਦੋ ਜਾਂ ਤਿੰਨ ਦਵਾਈਆਂ ਚੱਲਣ ਦੇ ਬਾਵਜੂਦ ਵੀ ਦੌਰੇ ਕੰਟਰੋਲ ਨਹੀਂ ਹੁੰਦੇ ਦੌਰੇ ਬਾਰ ਬਾਰ ਪਈ ਜਾਂਦੇ ਨੇ ਹਰ ਰੋਜ਼ ਦੌਰੇ ਪੈਂਦੇ ਨੇ ਦਵਾਈਆਂ ਦਾ ਸਾਈਡ ਇਫੈਕਟ ਹੋ ਜਾਂਦਾ ਫਿਰ ਉਹਨਾਂ ਦੀ ਅਸੀਂ ਈਜੀ ਸੀਟੀ ਸਕੈਨ ਐਮ ਆਰ ਆਈ ਕਰਨ ਤੋਂ ਬਾਅਦ ਅਸੀਂ ਇਹ ਪਿੰਨ ਪੁਆਇੰਟ ਕਰ ਲੈਂਦੇ ਹਾਂ ਕਿ ਬ੍ਰੇਨ ਦੇ ਇਸ ਹਿੱਸੇ ਦੇ ਵਿੱਚੋਂ ਇਹਨੂੰ ਐਪੀਲੈਪਸੀ ਦਾ ਫੋਕਸ ਹੈ ਸਰ ਅਸੀਂ ਉਸ ਫੋਕਸ ਨੂੰ ਓਪਰੇਟ ਕਰ ਦਿੰਦੇ ਹਾਂ ਠੀਕ ਹੈ ਔਰ ਪੇਸ਼ੈਂਟ 80% ਰਿਕਵਰ ਕਰ ਜਾਂਦੇ ਨੇ ਕੀ ਬਾਤ ਹੈ ਵੈਰੀ ਗੁੱਡ ਤੁਹਾਨੂੰ ਜਿਹੜੀ ਸਭ ਤੋਂ ਬੜੀ ਕਾਮਨ ਪ੍ਰੋਬਲਮ ਹੈ ਹਾਂ ਹਾਂ ਉਹ ਹੈਗੀ ਹੈ ਸਪਾਈਨ ਦੀ ਦੇਖੋ ਸਪਾਈਨ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਕਾਮਨ ਹੈਗੀ ਹੈ 90% ਆਫ ਪੋਪੂਲੇਸ਼ਨ ਇਹਨਾਂ ਨੂੰ ਆਪਣੀ ਲਾਈਫ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਪਿੱਠ 'ਚ ਦਰਦ ਜਾਂ ਗਰਦਨ 'ਚ ਦਰਦ ਜ਼ਰੂਰ ਹੁੰਦੀ ਹੈ ਬਿਲਕੁਲ ਇਹ ਬੜੀ ਕਾਮਨ ਚੀਜ਼ ਹੈ ਕਿ ਬੰਦਾ ਆਮ ਤੌਰ ਤੇ ਕਹਿੰਦਾ ਕਿ ਮੇਰੇ ਤੋਂ ਠੀਕ ਤੁਰਿਆ ਨਹੀਂ ਜਾਂਦਾ ਮੇਰੀ ਲੱਤ ਵਿੱਚ ਦਰਦ ਹੁੰਦੀ ਹੈ ਮੇਰੀ ਲੱਤ ਸੁੰਨ ਹੋ ਜਾਂਦੀ ਹੈਗੀ ਹੈ ਤੋ ਇਹਨਾਂ ਪੇਸ਼ੈਂਟ ਨੂੰ ਵੀ ਅਗਰ ਆਪਾਂ ਫਰਦਰ ਇਹਨਾਂ ਨੂੰ ਇਨਵੈਸਟੀਗੇਟ ਕਰਦੇ ਹਾਂ ਫਿਰ ਸਾਨੂੰ ਲੱਗਦਾ ਪਤਾ ਕਿ ਇਹਨਾਂ ਨੂੰ ਸਪਾਈਨ ਦੇ ਵਿੱਚ ਲੰਬਰ ਏਰੀਆ ਦੇ ਵਿੱਚ ਡਿਸਕ ਦੀ ਪ੍ਰੋਬਲਮ ਹੈ ਠੀਕ ਹੈ ਜਾਂ ਉੱਥੇ ਕੰਪਰੈਸ਼ਨ ਹੋ ਗਿਆ ਜਾਂ ਕੋਈ ਟਿਊਮਰ ਹੋ ਸਕਦਾ ਹੈ ਸੋ ਮੇਰੀ ਸਲਾਹ ਇਹਦੇ ਵਿੱਚ ਇਹ ਹੀ ਰਹੇਗੀ ਕਿ ਅਗਰ ਕਿਸੇ ਪੇਸ਼ੈਂਟ ਦੇ ਪਿੱਠ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਚੱਲਣ ਵੇਲੇ ਜਾਂ ਖੜੇ ਹੋਣ ਕਰਕੇ ਇੱਕ ਲੱਤ ਵਿੱਚ ਜਾਂ ਦੂਜੀ ਲੱਤ ਵਿੱਚ ਦਰਦ ਜਾਂਦਾ ਹੈ ਜਾਂ ਪੈਰ ਸੁੰਨ ਹੁੰਦਾ ਹੈ ਜਾਂ ਪੈਰ ਦਾ ਬੜਾ ਅੰਗੂਠਾ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਹੈ ਜਾਂ ਪੈਰ ਨੀਚੇ ਨੂੰ ਗਿਰ ਜਾਂਦਾ ਜਿਹਨੂੰ ਆਪਾਂ ਫੁੱਟ ਡ੍ਰੌਪ ਕਹਿੰਦੇ ਹਾਂ ਜਾਂ ਜਿਹਨੂੰ ਆਪਣਾ ਨੀਚੇ ਵਾਲਾ ਏਰੀਆ ਜਿਹਨੂੰ ਆਪਾਂ ਸੈਡਲ ਏਰੀਆ ਕਹਿੰਦੇ ਹਾਂ ਉਹਦੇ ਉੱਤੇ ਸੁੰਨ ਹੋ ਜਾਂਦਾ ਹੈ ਜਾਂ ਪਿਸ਼ਾਬ ਰੁਕ ਜਾਂਦਾ ਹੈ ਜਾਂ ਕੌਨਸਟੀਪੇਸ਼ਨ ਹੋ ਜਾਂਦੀ ਹੈ ਇਹ ਇੱਕ ਬੜੀ ਸੀਰੀਅਸ ਦਿੱਕਤ ਆ ਜਾਂਦੀ ਹੈ ਜਿਹਦੇ ਕਿ ਕੋਈ ਬਹੁਤ ਬੜੀ ਡਿਸਕ ਨਿਕਲੀ ਹੋਵੇ ਜਿਸ ਤਰ੍ਹਾਂ ਦੱਸਿਆ ਡਾਕਟਰ ਸਾਹਿਬ ਨੇ ਕਿ ਅੱਜ ਕੱਲ੍ਹ ਇਹਨਾਂ ਸਾਰੀਆਂ ਬਿਮਾਰੀਆਂ ਦੇ ਇਲਾਜ ਲੇਟੈਸਟ ਟੈਕਨੋਲੋਜੀ ਆ ਗਈ ਹੈ ਸੰਭਵ ਨੇ ਤੇ ਇਸ ਕਰਕੇ ਪਰ ਇਹੀ ਹੈ ਕਿ ਰਾਈਟ ਟਾਈਮ ਤੇ ਤੁਹਾਨੂੰ ਰਾਈਟ ਟ੍ਰੀਟਮੈਂਟ ਮਿਲੇ ਪਰ ਉਸ ਤੋਂ ਪਹਿਲਾਂ ਰਾਈਟ ਡਾਇਗਨੋਸ ਹੋਵੇ ਡਾਕਟਰ ਸਾਹਿਬ ਬੜੀ ਲੰਬੀ ਗੱਲ ਹੋ ਸਕਦੀ ਹੈ ਇਸ ਵਿਸ਼ੇ ਤੇ ਸਮੇਂ ਦੀ ਨਜ਼ਾਕਤ ਹੈ ਲਾਸਟ ਦੇ ਵਿੱਚ ਸਿਰਫ ਇਹ ਸਾਨੂੰ ਦੱਸੋ ਕਿਹੜੀਆਂ ਉਹ ਚੀਜ਼ਾਂ ਹਨ ਜਿਨ੍ਹਾਂ ਦਾ ਲਾਈਫ ਸਟਾਈਲ ਨੂੰ ਲੋਕ ਅਪਣਾਉਣ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ ਐਟਲੀਸਟ ਦੇਖੋ ਸਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਹੁਣ ਬ੍ਰੇਨ ਟਿਊਮਰ ਹੈ ਜਾਂ ਹੈਡ ਇੰਜਰੀ ਹੈ ਜਾਂ ਸਪਾਈਨਲ ਇੰਜਰੀ ਹੈ ਇਹਦੇ ਵਿੱਚ ਤੋਂ ਮਤਲਬ ਕਿ ਟਰਾਮਾ ਤੋਂ ਬਚਣਾ ਚਾਹੀਦਾ ਹੈਗਾ ਬੰਦਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਐਡਿਕਸ਼ਨ ਦਾ ਮੁੱਦਾ ਹੈਗਾ ਜੀ ਜਾਂ ਵੀ ਸ਼ੁਡ ਯੂ ਨੋ ਫੋਲੋ ਟ੍ਰੈਫਿਕ ਰੂਲਸ ਇਹ ਤੋਂ ਆਪਾਂ ਸਾਰੇ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਕਸੀਡੈਂਟ ਨੂੰ ਅਵਾਇਡ ਕਰਨਾ ਚਾਹੀਦਾ ਠੀਕ ਹੈ ਜੀ ਨੰਬਰ 2 ਜਿਸ ਤਰ੍ਹਾਂ ਬ੍ਰੇਨ ਟਿਊਮਰ ਦਾ ਮੈਂ ਤੁਹਾਨੂੰ ਕਿ ਹੈਟਿਕ ਹੈ ਸਾਨੂੰ ਜਲਦੀ ਤੋਂ ਜਲਦੀ ਸਾਡੇ ਸਿੰਪਟਮ ਜਿਹੜੇ ਉਹ ਪਕੜਨੇ ਚਾਹੀਦੇ ਨੇ ਠੀਕ ਹੈ ਜਿੱਥੇ ਤੱਕ ਉਹ ਲਾਈਫ ਸਟਾਈਲ ਦਾ ਸਵਾਲ ਹੈ ਜੀ ਜਿੱਦਾਂ ਹਾਈਪਰਟੈਂਸ਼ਨ ਹੈ ਜਾਂ ਸ਼ੂਗਰ ਹੈ ਇਹ ਵਧਣ ਨਾਲ ਬੰਦੇ ਦੇ ਬ੍ਰੇਨ ਹੈਮਰੇਜ ਹੋਣ ਦੀ ਸੰਭਾਵਨਾ ਹੁੰਦੀ ਹੈ ਅਗਰ ਬੀਪੀ ਹਾਈ ਹੁੰਦਾ ਜੀ ਕਿ ਜਿਸ ਨਾਲ ਬੀਪੀ ਕੰਟਰੋਲ 'ਚ ਰਹੇ ਸਟ੍ਰੈਸ ਜ਼ਿਆਦਾ ਨਾ ਰੱਖੋ ਬ੍ਰੇਨ ਹੈਮਰੇਜ ਨਹੀਂ ਹੋਏਗੀ ਬੰਦਾ ਬਚਿਆ ਰਹੇਗਾ ਬਿਲਕੁਲ ਠੀਕ ਲੇਕਿਨ ਮੈਂ ਸਿਰਫ ਸਪਾਈਨ ਦੇ ਨਾਲ ਦੱਸਣਾ ਚਾਹੂੰਗਾ ਕਿ ਜਿਹੜਾ ਸਪਾਈਨ ਵਾਲਾ ਕੰਮ ਹੈ ਹਾਂਜੀ ਕਿਉਂਕਿ ਸਾਡੀ ਸਭ ਦੀ ਸੈਡੈਂਟਰੀ ਲਾਈਫ ਹੁੰਦੀ ਜਾ ਰਹੀ ਹੈ ਓਬੈਸਟੀ ਵੱਧ ਰਹੀ ਹੈ ਵਰਜਿਸ਼ ਕੋਈ ਨਹੀਂ ਹੈ ਮੈਂ ਤਾਂ ਸਭ ਨੂੰ ਇੱਕ ਚੀਜ਼ ਐਡਵਾਈਸ ਕਰਨਾ ਚਾਹੂੰਗਾ ਕਿ ਸਾਈਕਲਿੰਗ ਐਂਡ ਸਵਿਮਿੰਗ ਇਹ ਦੋ ਐਕਸਰਸਾਈਜ਼ ਹੈਗੀਆਂ ਵਿਚ ਆਰ ਬੈਸਟ ਫਾਰ ਸਪਾਈਨ ਵੈਰੀ ਗੁੱਡ ਐਟਲੀਸਟ ਅੱਧਾ ਘੰਟਾ 45 ਮਿੰਟ ਇੱਕ ਘੰਟਾ ਜਿਹੜਾ ਨਾਰਮਲ ਸਾਈਕਲ ਸੜਕ ਦੇ ਉੱਤੇ ਚੱਲਦਾ ਹੈ ਸਰ ਅਗਰ ਕੋਈ ਬੰਦਾ ਇਹ ਸਾਈਕਲ ਚਲਾਉਣਾ ਹੀ ਆਪਣੀ ਲਾਈਫ 'ਚ ਅਡਾਪਟ ਕਰ ਲਏ ਮੈਂ ਕਹਿੰਦਾ ਕਿ ਉਹ ਗੱਲਬਾਤ ਹੋ ਰਹੀ ਹੈ ਬੈਠ ਕੇ ਆਮਣੇ ਸਾਹਮਣੇ ਗੱਲ ਕਰਾਂਗੇ ਜਿਹੜੇ ਸਵਾਲ ਰਹਿ ਗਏ ਹਜੇ ਕਿਉਂਕਿ ਬਹੁਤ ਸਾਰੇ ਕੁਐਸਚਨ ਅਜੇ ਰਹਿ ਗਏ ਆ ਪਰ ਅਸੀਂ ਤੁਹਾਡੇ ਨਾਲ ਉਦੋਂ ਫਿਰ ਤੁਹਾਡੇ ਜਰੀਏ ਇਹ ਵੀ ਮੈਂ ਗੱਲ ਕਹਿਣਾ ਚਾਹੂੰਗਾ ਜੀ ਕਿ ਮੈਂ 5 ਤਰੀਕ ਤੋਂ ਲੈ ਕੇ 14 ਤਰੀਕ ਤੱਕ ਵੈਨਕੂਵਰ 'ਚ ਹੋਣਾ ਠੀਕ ਹੈ ਔਰ ਫਿਰ 15 ਤੋਂ ਲੈ ਕੇ 25 ਤੱਕ ਮੈਂ ਸਰ ਤੁਹਾਡੇ ਕੋਲ ਬ੍ਰਮਟਨ 'ਚ ਆਉਣਾ ਕੀ ਬਾਤ ਹੈ ਅਗਰ ਕੋਈ ਵੀ ਸਾਡੇ ਪੰਜਾਬੀ ਭਰਾ ਭੈਣ ਬਜ਼ੁਰਗ ਮੈਨੂੰ ਮਿਲਣਾ ਚਾਹੂਗੇ ਸਰ ਆਈ ਵੁੱਡ ਬੀ ਮੋਰ ਦੈਨ ਹੈਪੀ ਟੂ ਆਫਰ ਦੈਮ ਏ ਕੱਪ ਆਫ ਟੀ ਐਂਡ ਫ੍ਰੀ ਕੰਸਲਟੇਸ਼ਨ ਮੈਨੂੰ ਬੜੀ ਖੁਸ਼ੀ ਹੋਏਗੀ
अगर मैं किसी काम आ सका। ठीक है, थैंक यू सो मच। और असि इतने प्रवासी का जरा सा ऑफिस है, स्टूडियो है माल्टन के, इतने थोड़ी मीटिंग अरेंज इन्होंने कर देंगे फ्री ऑफ कॉस्ट, फ्री ऑफ चार्जेस। ਤੁਸੀਂ ਆ ਕੇ ਇਥੇ ਇਹਨਾਂ ਨੂੰ ਇਨੀਸ਼ੀਅਲੀ ਕੰਸਲਟੇਸ਼ਨ ਇਨੀਸ਼ੀਅਲੀ ਕੰਸਲਟੇਸ਼ਨ ਲਈ ਆ ਕੇ ਮਿਲ ਲੈਣਾ, ਬਾਕੀ ਤੁਹਾਡਾ ਕੇਸ ਦੇਖਣ ਤੋਂ ਬਾਅਦ ਤੁਹਾਨੂੰ ਇਹ ਜੋ ਵੀ ਐਡਵਾਈਸ ਕਰਨਗੇ। ਡਾਕਟਰ ਸਾਹਿਬ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਹਾਡੀ ਉਡੀਕ ਕਰਾਂਗੇ, ਤੁਸੀਂ ਆਓ ਸਾਨੂੰ ਮਿਲੋ ਇਥੇ ਫਿਜ਼ੀਕਲੀ। ਠੀਕ ਹੈ ਜੀ, ਸੇਮ ਹੇਅਰ ਸਰ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕਸ ਅ ਲੋਟ।